ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸੈਂਟਰਲ ਪੰਜਾਬ ਟੀਵੀ। ਇਸ ਵੇਲੇ ਦੀ ਵੱਡੀ ਖਬਰ ਪੰਜਾਬ 'ਚ NOC ਨੂੰ ਲੈ ਕੇ ਜੁੜੀ ਹੋਈ ਹੈ। ਜੀ ਹਾਂ, ਪਿਛਲੇ ਲੰਬੇ ਸਮੇਂ ਤੋਂ NOC ਦੀ ਸ਼ਰਤ ਖਤਮ ਕਰਨ ਦੀ ਗੱਲ ਆਖੀ ਜਾ ਰਹੀ ਸੀ, ਜਿਸ ਤੋਂ ਬਾਅਦ ਅੱਜ CM ਮਾਨ ਵੱਲੋਂ NOC ਦੀ ਸ਼ਰਤ ਨੂੰ ਖਤਮ ਕਰਨ ਵਾਲਾ ਬਿੱਲ ਵਿਧਾਨ ਸਭਾ 'ਚ ਪੇਸ਼ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ 'ਤੇ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਸਦਨ ਦੇ ਅੱਗੇ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਸਤਾਵ ਕੀਤਾ ਕਿ ਇਸ ਬਿੱਲ ਨੂੰ ਤੁਰੰਤ ਪ੍ਰਭਾਵ ਨਾਲ ਵਿਚਾਰਿਆ ਜਾਵੇ, ਭਾਵ ਕਿ ਇਸ ਬਿੱਲ ਨੂੰ ਤੁਰੰਤ ਇਸ ਬਿੱਲ 'ਤੇ ਚਰਚਾ ਕੀਤੀ ਜਾਵੇ ਤਾਂ ਕਿ ਇਸ ਬਿੱਲ ਨੂੰ ਜਲਦ ਲਾਗੂ ਕਰਨ ਵਿੱਚ ਜੋ ਕਿ ਆਸਾਨੀ ਬਣ ਸਕੇ। ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਪੇਸ਼ ਕਰਦਾ ਹਾਂ। ਸ਼੍ਰੀਮਾਨ ਜੀ, ਮੈਂ ਵੀ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿੱਲ 2024 'ਤੇ ਤੁਰੰਤ ਵਿਚਾਰ ਕੀਤਾ ਜਾਵੇ ਜੀ। ਜੇ ਇਹਨੂੰ ਮੈਂ ਥੋੜ੍ਹਾ ਸੌਖਾ ਆਸਾਨ ਲਫਜ਼ਾਂ 'ਚ ਕਹਾਂ ਤਾਂ ਜੀ, NOC ਵਾਲਾ ਬਿੱਲ ਹੈ ਜੀ, ਜਿਹਦੇ ਵਿੱਚ ਜੁੜੀਆਂ ਬਣਾ ਕੇ ਕੋਈ ਜਿਹੜੀਆਂ ਕਲੋਨੀਆਂ, ਬਾਅਦ ਦੇ ਵਿੱਚ ਪਤਾ ਲੱਗਿਆ ਕਲੋਨੀਆਂ ਇਲੀਗਲ ਸੀ, ਪਰ ਲੋਕਾਂ ਦੇ ਜ਼ਿੰਦਗੀ ਭਰ ਦੇ ਪੈਸੇ ਕਮਾਈਆਂ ਲੱਗ ਗਈਆਂ ਉੱਥੇ, ਅਤੇ ਉੱਥੇ ਰਜਿਸਟਰੀਆਂ ਨਹੀਂ ਹੁੰਦੀਆਂ, ਉੱਥੇ ਬਿਜਲੀ ਦੇ ਮੀਟਰ ਨਹੀਂ ਲੱਗਦੇ, ਉੱਥੇ ਸੀਵਰੇਜ ਨਹੀਂ, ਲਾਈਟਾਂ ਨਹੀਂ, ਅਤੇ ਇਹ NOC ਵਾਲਾ ਬਿੱਲ ਮੈਂ ਇਹਨੂੰ, ਜਿਹਦਾ ਨਾਮ ਹੈਗਾ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਜੋ ਸਰਕਾਰ ਨੇ ਤਿਆਰ ਕਰ ਲਿਆ, ਅਤੇ ਉਹ ਮੈਂ ਪੇਸ਼ ਕਰਦਾ, ਅਤੇ ਮੈਂ ਚਾਹੁੰਦਾ ਹਾਂ ਕਿ ਉਹਦੇ 'ਤੇ ਵਿਚਾਰ ਕੀਤਾ ਜਾਵੇ ਜੀ। ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਕਿ ਪੰਜਾਬ ਅਪਾਰਟਮੈਂਟ ਅਤੇ ਪ੍ਰੋਪਰਟੀ ਰੈਗੂਲੇਸ਼ਨ ਸੋਧਨਾ ਬਿੱਲ 2024 'ਤੇ ਤੁਰੰਤ ਵਿਚਾਰ ਕੀਤਾ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੌਖੇ ਸ਼ਬਦਾਂ 'ਚ ਕਹੀਏ ਤਾਂ ਇਹ NOC ਬਿੱਲ ਏ ਜਿਹੜੀਆਂ ਪਹਿਲਾਂ ਕਲੋਨੀਆਂ ਬਣੀਆਂ ਹਨ ਪਰ ਬਾਅਦ 'ਚ ਪਤਾ ਲੱਗਿਆ ਹੈ ਕਿ ਉਹ ਗੈਰ ਕਾਨੂੰਨੀ ਨੇ, ਭਾਵ ਕਿ ਜੋ ਕਲੋਨੀਆਂ ਪਹਿਲਾਂ ਬਣ ਗਈਆਂ ਸੀ ਬਾਅਦ ਵਿੱਚ ਉਹਨਾਂ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਗਿਆ। ਅਜਿਹੀਆਂ ਕਲੋਨੀਆਂ ਵਿੱਚ ਮੀਟਰ ਆਦਿ ਜਾਂ ਫਿਰ ਪਾਣੀ ਦੇ ਕਨੈਕਸ਼ਨ ਦੇਣ 'ਚ ਪਰੇਸ਼ਾਨੀ ਆਉਂਦੀ ਸੀ, ਭਾਵ ਕਿ ਉਹਨਾਂ ਨੂੰ ਅਜਿਹੇ ਕਨੈਕਸ਼ਨ ਨਹੀਂ ਦਿੱਤੇ ਜਾਂਦੇ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਲੋਕਾਂ ਵੱਲੋਂ ਅਕਸਰ ਸ਼ਿਕਾਇਤ ਕੀਤੀ ਜਾਂਦੀ ਸੀ ਕਿ ਅਧਿਕਾਰੀ ਉਹਨਾਂ ਦੇ ਘਰਾਂ ਵਿੱਚ ਬਿੱਲ ਨਹੀਂ ਲਗਾ ਰਹੇ, ਜਦਕਿ ਉਹਨਾਂ ਵੱਲੋਂ ਪੂਰੇ ਜੋ ਕਿ ਟੈਕਸ ਵਗੈਰਾ ਆਦਿ ਭਰੇ ਹੋਏ ਨੇ, ਪਰ ਇਸ ਦੇ ਬਾਵਜੂਦ ਵੀ ਅਧਿਕਾਰੀਆਂ ਵੱਲੋਂ ਉਹਨਾਂ ਦੇ ਘਰਾਂ ਵਿੱਚ ਨਾ ਤਾਂ ਬਿਜਲੀ ਦੇ ਕਨੈਕਸ਼ਨ ਦਿੱਤੇ ਜਾਂਦੇ ਸੀ ਨਾ ਹੀ ਪਾਣੀ ਆਦਿ ਦੇ ਕਨੈਕਸ਼ਨ ਦਿੱਤੇ ਜਾਂਦੇ ਸੀ, ਜਿਸ ਤੋਂ ਬਾਅਦ ਇਹ ਸਾਹਮਣੇ ਆਇਆ ਸੀ ਕਿ NOC ਨਾ ਹੋਣ ਕਾਰਨ ਉਹਨਾਂ ਨੂੰ ਇਹ ਸਾਰੀਆਂ ਸਹੂਲਤਾਂ ਨਹੀਂ ਮਿਲਦੀਆਂ ਸੀ। ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ NOC ਬਿੱਲ ਨੂੰ ਸਦਨ ਦੇ ਅੱਗੇ ਰੱਖ ਦਿੱਤਾ ਗਿਆ। ਦੱਸ ਦਿੰਦੇ ਹਾਂ ਕਿ ਪਿਛਲੇ ਦਿਨੀ ਹੋਈ ਕੈਬਨਿਟ ਬੈਠਕ ਵਿੱਚ ਇਸ ਬਿੱਲ ਨੂੰ ਵਿਚਾਰਿਆ ਗਿਆ ਸੀ, ਜਿਸ ਤੋਂ ਬਾਅਦ ਸਰਕਾਰ ਨੇ ਇਹ ਸੰਕੇਤ ਦਿੱਤੇ ਸੀ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ, ਭਾਵ ਕਿ ਜੋ ਹੁਣ ਮੌਨਸੂਨ ਸੈਸ਼ਨ ਚੱਲ ਰਿਹਾ ਉਸ ਦੇ ਦੌਰਾਨ ਇਸ ਬਿੱਲ ਨੂੰ ਸਦਨ ਦੇ ਅੱਗੇ ਪੇਸ਼ ਕੀਤਾ ਜਾ ਸਕਦਾ ਹੈ, ਅਤੇ ਅੱਜ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਇਸ ਬਿੱਲ ਨੂੰ ਪੇਸ਼ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਇਹਨਾਂ ਕਲੋਨੀਆਂ ਦੇ ਅਧਿਕਾਰਿਕ ਜਾਂ ਫਿਰ ਰੈਗੂਲਰ ਹੋਣ ਦਾ ਰਸਤਾ ਪੂਰੀ ਤਰ੍ਹਾਂ ਖੁੱਲ੍ਹ ਗਿਆ। ਹਾਲਾਂਕਿ ਇਸ ਬਿੱਲ ਨੂੰ ਹਾਲੇ ਤੱਕ ਪਾਸ ਨਹੀਂ ਕੀਤਾ ਗਿਆ, ਜਦੋਂ ਤੱਕ ਇਹ ਬਿੱਲ ਪਾਸ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਸ਼ਰਤ ਨੂੰ, ਜੋ ਫਿਰ ਕਹਿ ਸਕਦੇ ਹਾਂ NOC ਦੀ ਸ਼ਰਤ ਹੈ, ਉਸ ਨੂੰ ਖਤਮ ਨਾ ਮੰਨਿਆ ਜਾਵੇ। ਪਰ ਜਿਵੇਂ ਹੀ ਇਹ ਬਿੱਲ ਪਾਸ ਹੋ ਜਾਵੇਗਾ ਉਸ NOC ਦੀ ਸ਼ਰਤ ਨੂੰ ਖਤਮ ਕਰ ਦਿੱਤਾ ਜਾਵੇਗਾ, ਯਾਨੀ ਕਿ ਕਾਨੂੰਨੀ ਤੌਰ 'ਤੇ NOC ਦੀ ਸ਼ਰਤ ਖਤਮ ਹੋ ਜਾਵੇਗੀ। ਦੱਸ ਦਈਏ ਕਿ ਇਹ ਸ਼ਰਤ ਜ਼ਿਆਦਾ ਵੱਡੇ ਪਲਾਟਾਂ 'ਤੇ ਤਾਂ ਨਹੀਂ ਹੋਵੇਗੀ, ਪਰ ਜੋ 500 ਗਜ਼ ਤੱਕ ਦੇ ਪਲਾਟ ਸੀ, 100 ਗਜ਼, 200 ਗਜ਼ ਜਾਂ ਫਿਰ 500 ਗਜ਼, ਜਿੰਨੇ ਵੀ ਇਸ
500 ਗਜ਼ ਦੇ ਅੰਦਰ ਜੋ ਵੀ ਪਲਾਟ ਛੋਟੇ ਤੋਂ ਵੱਡੇ ਤੱਕ ਆਉਂਦੇ ਨੇ ਉਹਨਾਂ ਤੇ ਇਹ ਸ਼ਰਤ ਲਾਗੂ ਹੋਵੇਗੀ। ਭਾਵ ਕਿ 500 ਗਜ਼ ਤੱਕ ਦੇ ਜੋ ਪਲਾਟ ਨੇ ਉਹਨਾਂ ਨੂੰ ਖਰੀਦਣ ਜਾਂ ਫਿਰ ਵੇਚਣ ਲੱਗੇ ਜਾਂ ਫਿਰ ਉਹਨਾਂ 'ਚ ਪਾਣੀ ਦਾ ਕਨੈਕਸ਼ਨ ਜਾਂ ਫਿਰ ਬਿਜਲੀ ਦੇ ਕਨੈਕਸ਼ਨ ਲੈਣ ਸਮੇਂ ਹੁਣ ਜੋ ਉਸ ਪਲਾਟ ਦਾ ਮਾਲਕ ਹੋਵੇਗਾ ਜਾਂ ਫਿਰ ਉਸ ਪਲਾਟ ਨੂੰ ਕੋਈ ਖਰੀਦ ਰਿਹਾ ਹੈ ਉਸ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ। ਇਹ ਵੀ ਦੱਸ ਦਿੰਦੇ ਹਾਂ ਕਿ NOC ਉਸ ਸਮੇਂ ਵੀ ਬੇਹੱਦ ਜ਼ਰੂਰੀ ਹੁੰਦੀ ਸੀ ਜਦੋਂ ਕਿਸੇ ਵਿਅਕਤੀ ਵੱਲੋਂ ਨਵਾਂ ਪਲਾਟ ਖਰੀਦਣ ਲਈ ਲੋਨ ਆਦਿ ਕਰਵਾਉਣਾ ਹੁੰਦਾ ਸੀ ਤਾਂ ਜੋ ਲੋਨ ਕੰਪਨੀਆਂ ਨੇ ਉਹਨਾਂ ਵੱਲੋਂ NOC ਦੀ ਮੰਗ ਕੀਤੀ ਜਾਂਦੀ ਸੀ। ਭਾਵ ਕਿ NOC ਤੋਂ ਬਾਅਦ ਹੀ ਉਹਨਾਂ ਦੇ ਲੋਨ ਨੂੰ ਅਪਰੂਵਲ ਮਿਲਦੀ ਸੀ, ਪਰ ਹੁਣ NOC ਦੀ ਸ਼ਰਤ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਜਿਸ ਨਾਲ ਇਹ ਵੀ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਲੋਨ ਆਦਿ ਲੈਣ 'ਚ ਵੀ ਆਸਾਨੀ ਹੋਵੇਗੀ। ਉਹਨਾਂ ਨੂੰ ਆਪਣੇ ਪਲਾਟਾਂ ਦੇ ਉੱਪਰ ਜੋ ਕਿ ਲੋਨ ਆਸਾਨੀ ਨਾਲ ਮਿਲ ਸਕੇਗਾ ਤਾਂ ਕਿ ਉਹ ਆਪਣੇ ਘਰ ਆਦਿ ਆਸਾਨੀ ਨਾਲ ਬਣਾ ਸਕਣ। ਜੀ ਹਾਂ, ਇਸ ਵੇਲੇ ਦੀ ਵੱਡੀ ਖਬਰ ਜੋ ਇਹੀ ਹੈ ਕਿ ਉਹ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਦੇ ਅੰਦਰ NOC ਖਤਮ ਕਰਨ ਵਾਲਾ ਬਿੱਲ ਪੇਸ਼ ਕਰ ਦਿੱਤਾ ਗਿਆ ਜਿਸ ਤੇ ਤੁਰੰਤ ਪ੍ਰਭਾਵ ਨਾਲ ਵਿਚਾਰਨ ਦੀ ਸਲਾਹ ਜਾਂ ਫਿਰ ਸੁਝਾਅ ਵੀ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ। ਅਗਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਫਿਰ 500 ਗਜ਼ ਤੱਕ ਦੇ ਜੋ ਪਲਾਟਾਂ ਦੀ ਖਰੀਦੋ ਫਰੋਖਤ ਜਾਂ ਫਿਰ ਉਹਨਾਂ 'ਚ ਬਿਜਲੀ ਪਾਣੀ ਦੇ ਕਨੈਕਸ਼ਨ ਲੈਣ 'ਚ ਲੋਕਾਂ ਨੂੰ ਜੋ ਦਿੱਕਤ ਆਉਂਦੀ ਹੈ ਉਹ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਵਧੇਰੇ ਜਾਣਕਾਰੀ ਲਈ ਜੁੜੇ ਰਹੋ ਸੈਂਟਰਲ ਪੰਜਾਬ TV ਦੇ ਨਾਲ।